ਸ੍ਰੀਕਾਲ ਮੈਂ ਹਾਂ ਅੰਜਲੀ ਰਾਜਪੂਤ ਤੇ ਤੁਸੀਂ ਦੇਖ ਰਹੇ ਹੋ ਜਨਹਿਤੈਸ਼ੀ। ਕੋਰੋਨਾ ਪੰਜਾਬ ਵਿੱਚ ਲਗਾਤਾਰ ਹੀ ਫੈਲਦਾ ਜਾ ਰਿਹਾ, ਜਿਸ ਦੇ ਚਲਦਿਆਂ ਓਮਿਕਰੋਨ ਦੇ ਵੀ ਕੇਸ ਵਧਦੇ ਜਾ ਰਹੇ ਨੇ ਤੇ ਲੋਕਾਂ ਵਿੱਚ ਜਿਹੜਾ ਡਰ ਦਾ ਮਾਹੌਲ ਬਣਿਆ ਹੋਇਆ, ਜਿਸ ਦੇ ਚਲਦਿਆਂ ਕੁਝ ਅਜਿਹੀਆਂ ਤਸਵੀਰਾਂ ਆਈਆਂ ਨੇ ਜਿਸ ਨੂੰ ਇੱਕ ਵਾਰ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਮੰਜ਼ਰ ਜਿਹੜਾ ਲੁਧਿਆਣਾ ਸ਼ਹਿਰ ਦੇ ਚੌੜਾ ਬਾਜ਼ਾਰ ਤੇ ਫੀਲਡਗੰਜ ਮਾਰਕੀਟ ਦਾ, ਜਿੱਥੇ ਲੋਕਾਂ ਦੇ ਵਿੱਚ ਕੋਰੋਨਾ ਦਾ ਡਰ ਹੀ ਖਤਮ ਹੋ ਗਿਆ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਲੋਕ ਜਿਹੜੇ ਨੇ ਬੇਬਾਕ ਹੋ ਕੇ ਮਾਰਕੀਟ ਦੇ ਵਿੱਚ ਘੁੰਮ ਰਹੇ ਨੇ, ਖਰੀਦਦਾਰੀਆਂ ਕਰ ਰਹੇ ਨੇ, ਉਹਨਾਂ ਵਿੱਚ ਕੋਰੋਨਾ ਦਾ ਡਰ ਹੀ ਖਤਮ ਹੋ ਗਿਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਨਾ ਹੀ ਮਾਸਕ ਪਾਇਆ ਗਿਆ ਤੇ ਨਾ ਹੀ ਉਹਨਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਕੀਤੀ ਗਈ ਹੈ। ਉਹ ਮਾਰਕੀਟ ਦੇ ਵਿੱਚ ਬੇਬਾਕ ਹੋ ਕੇ ਜਿਹੜੇ ਨੇ ਘੁੰਮ ਰਹੇ ਨੇ। ਕੋਰੋਨਾ ਲਗਾਤਾਰ ਹੀ ਪੰਜਾਬ ਵਿੱਚ ਫੈਲਦਾ ਜਾ ਰਿਹਾ, ਜਿਸ ਕਾਰਨ ਸਰਕਾਰ ਵੱਲੋਂ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਸਖਤਾਈਆਂ ਵਰਤੀਆਂ ਜਾ ਰਹੀਆਂ ਨੇ, ਤੇ ਜਿਸ ਤੋਂ ਬਾਅਦ ਇਹ ਮੰਜ਼ਰ ਦੇਖਣ ਨੂੰ ਮਿਲਦਾ ਲੁਧਿਆਣਾ ਦੀ ਫੀਲਡਗੰਜ ਮਾਰਕੀਟ ਤੋਂ। ਤੇ ਇਸ ਦੇ ਨਾਲ ਹੀ ਕੋਰੋਨਾ ਦੇ ਕੇਸਿਸ ਦੇ ਵਧਣ ਦੇ ਕਾਰਨ ਹੁਣ ਬਜ਼ੁਰਗਾਂ ਨੂੰ ਵੀ ਤੀਸਰੀ ਡੋਜ਼ ਲੱਗਣ ਜਾ ਰਹੀ ਹੈ। ਪਹਿਲੀ ਤੇ ਦੂਸਰੀ ਡੋਜ਼ ਤੋਂ ਬਾਅਦ ਹੁਣ ਬਜ਼ੁਰਗਾਂ ਨੂੰ ਤੀਸਰੀ ਡੋਜ਼ ਲੱਗਣ ਜਾ ਰਹੀ ਹੈ, ਜਿਸ ਦਾ ਨਾਮ ਹੈ ਪ੍ਰੀਕੋਸ਼ਨ ਡੋਜ਼। ਉਹ ਜਿਹੜੀ ਹੈ ਅੱਜ ਤੋਂ ਬਜ਼ੁਰਗਾਂ ਨੂੰ ਲਗਾਈ ਜਾਵੇਗੀ। ਇਸ ਦੇ ਨਾਲ ਹੀ ਕੋਰੋਨਾ ਦੇ ਕੇਸ ਜਿਹੜੇ ਨੇ ਅੰਮ੍ਰਿਤਸਰ ਵਿੱਚ, ਜਲੰਧਰ ਵਿੱਚ, ਬਲਕਿ ਪੂਰੇ ਪੰਜਾਬ ਵਿੱਚ ਕੋਰੋਨਾ ਦੇ ਕੇਸਿਸ ਵਧਦੇ ਹੀ ਜਾ ਰਹੇ ਨੇ, ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਏਅਰਪੋਰਟ ਤੇ ਇੱਕ ਖੌਫਨਾਕ ਮੰਜ਼ਰ ਜਿਹੜਾ ਦੇਖਣ ਨੂੰ ਮਿਲਿਆ ਸੀ। ਇਟਲੀ ਤੋਂ ਆਈ ਫਲਾਈਟ ਦੇ ਕਾਰਨ ਕਈ ਲੋਕਾਂ ਦੇ ਵਿੱਚ ਕੋਰੋਨਾ ਦੇ ਲੱਛਣ ਜਿਹੜੇ ਪਾਏ ਗਏ ਸੀ, ਤੇ ਉਹਨਾਂ ਦੀ ਅੱਗੇ ਟੈਸਟਿੰਗ ਹੋਈ ਸੀ ਕਿ ਉਹਨਾਂ ਵਿੱਚ ਓਮਿਕਰੋਨ ਦੇ ਲੱਛਣ ਨੇ ਜਾਂ ਨਹੀਂ। ਇਸ ਦੇ ਨਾਲ ਹੀ ਤੇ ਹੁਣ ਗੱਲ ਕਰੀ ਲੁਧਿਆਣਾ ਦੀ, ਤਾਂ ਕੇਸਿਸ ਤਾਂ ਨੇ ਜਿਹੜੇ ਲਗਾਤਾਰ ਹੀ ਵਧਦੇ ਜਾ ਰਹੇ ਨੇ, ਪਰ ਲੋਕਾਂ ਦੇ ਵਿੱਚ ਇਸਦਾ ਡਰ ਦੇਖਣ ਨੂੰ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਜਿਮ ਬੰਦ ਕਰ ਦਿੱਤੇ ਨੇ, ਸਕੂਲ ਬੰਦ ਕਰ ਦਿੱਤੇ ਨੇ, ਤੇ ਜਿਹੜੇ ਫੰਕਸ਼ਨਸ ਨੇ ਉੱਥੇ ਵੀ 100 ਲੋਕਾਂ ਦੀ ਜਿਹੜੀ ਗੈਦਰਿੰਗ ਹੈ ਕੇਵਲ 100 ਲੋਕਾਂ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਲਗਾਤਾਰ ਹੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ, ਨਾਈਟ ਕਰਫਿਊ ਲਗਾਇਆ ਜਾ ਰਿਹਾ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ, ਤੇ ਸਰਕਾਰ ਹੋਰ ਵੀ ਸਖਤਾਈਆਂ ਵਰਤ ਰਹੀ ਹੈ, ਪਰ ਲੋਕਾਂ ਦੇ ਵਿੱਚ ਜਿਹੜਾ ਹੈ ਕੋਰੋਨਾ ਦਾ ਡਰ ਬਿਲਕੁਲ ਹੀ ਖਤਮ ਹੋ ਗਿਆ। ਸਪਾ ਵੀ ਬੰਦ ਕਰ ਦਿੱਤੇ ਗਏ ਨੇ ਸਰਕਾਰ ਦੇ ਵੱਲੋਂ, ਤੇ ਨਾਈਟ ਕਰਫਿਊ ਵੀ ਲਗਾਇਆ ਜਾ ਰਿਹਾ। ਤੇ ਲੁਧਿਆਣਾ ਦੀ ਫੀਲਡਗੰਜ ਮਾਰਕੀਟ ਤੋਂ ਜਿਹੜਾ ਮੰਜ਼ਰ ਸਾਹਮਣੇ ਆਉਂਦਾ, ਜਿੱਥੇ ਲੋਕ ਬੇਬਾਕ ਹੋ ਕੇ ਘੁੰਮ ਰਹੇ ਨੇ, ਉਹਨਾਂ ਵਿੱਚ ਕੋਰੋਨਾ ਦਾ ਡਰ ਬਿਲਕੁਲ ਹੀ ਖਤਮ ਹੋ ਗਿਆ। ਕੋਰੋਨਾ ਦੀ ਦੋਨੋਂ ਡੋਜ਼ ਲੱਗਣ ਤੋਂ ਬਾਵਜੂਦ ਵੀ ਕੋਰੋਨਾ ਵੱਧ ਸਕਦਾ, ਕੋਰੋਨਾ ਦੀ ਤੀਸਰੀ ਲਹਿਰ ਆ ਸਕਦੀ ਹੈ, ਪਰ ਕੇਸਿਸ ਦੇ ਵਧਣ ਦੇ ਕਾਰਨ ਇਲਾਜ ਕਰਨਾ ਜਿਹੜਾ ਉਹ ਅੱਗੇ ਚੱਲ ਕੇ ਮੁਸ਼ਕਿਲ ਹੋ ਜਾਵੇਗਾ। ਤਾਂ ਲੁਧਿਆਣਾ ਦੇ ਲੋਕਾਂ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ, ਤੇ ਕੋਰੋਨਾ ਦੇ ਵੱਧਦੇ ਕੇਸਿਸ ਨੂੰ ਦੇਖਦੇ ਹੋਏ ਲੋਕਾਂ ਨੂੰ ਸਰਕਾਰ ਵੱਲੋਂ ਲਗਾਈਆਂ ਪਾਬੰਦੀਆਂ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ, ਉਹਨਾਂ ਦੀ ਗਾਈਡਲਾਈਨਸ ਨੂੰ ਚੰਗੀ ਤਰ੍ਹਾਂ ਫੋਲੋ ਕਰਨਾ ਚਾਹੀਦਾ। ਇਸ ਦੇ ਨਾਲ ਹੀ ਇਤਿਹਾਤ ਵੀ ਵਰਤਣੀ ਚਾਹੀਦੀ ਹੈ, ਤਾਂ ਕਿ ਲੋਕ ਜਿਹੜੇ ਨੇ ਉਹ ਵੀ ਸੇਫ ਰਹਿਣ, ਅਤੇ ਉਹਨਾਂ ਦੇ ਬੱਚੇ ਵੀ ਸੇਫ ਰਹਿਣ। ਬੱਚਿਆਂ ਦੀ ਡੋਜ਼ ਹਜੇ ਤੱਕ ਨਹੀਂ ਆਈ ਹੈ, ਅਤੇ ਕਿਸ਼ੋਰ ਬੱਚੇ ਨੇ ਜਿਹੜੇ ਉਹ 15 ਤੋਂ 18 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਦੀ ਡੋਜ਼ ਆਈ ਹੈ, ਅਤੇ 15 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਹਾਲੇ ਤੱਕ ਕੋਈ ਡੋਜ਼ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਇਤਿਹਾਤ ਵਰਤ ਕੇ ਚੱਲਣਾ ਚਾਹੀਦਾ, ਅਤੇ ਹੋਰ ਅਜਿਹੇ ਵਧੇਰੇ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ। ਮੈਂ ਅੰਜਲੀ ਰਾਜਪੂਤ, ਜਨਹਿਤੈਸ਼ੀ।